ਸੋ 24 ਅਕਤੂਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ, ਅਜਿਹੇ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਕਿ ਸਹੀ ਤਰੀਕੇ ਨਾਲ, ਸੁਰੱਖਿਅਤ ਤਰੀਕੇ ਦੇ ਨਾਲ ਜਿਹੜੀ ਚੋਣ ਪ੍ਰਕਿਰਿਆ ਉਹ ਨੇਪਰੇ ਚੜ ਸਕੇ, ਉਸ ਨੂੰ ਲੈ ਕੇ ਜ਼ਾਹਿਰ ਜੀ ਗੱਲ ਹੈ ਲੋਕ ਜਦੋਂ ਆਉਣਗੇ ਕਤਾਰਾਂ ਬਣਨਗੀਆਂ ਤਾਂ ਹਰ ਕਿਸੇ ਦੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਏਗਾ। ਕਿੰਨੇ ਕੁ ਲੋਕ ਜਿਹੜੇ ਨੇ ਮਾਸਕ ਪਾਉਣ ਦੇ ਲਈ ਤਿਆਰ ਨੇ ਅਤੇ ਅੱਗੇ ਵੈਕਸੀਨ ਜਿਹੜੀ ਹੈ ਉਸਦੀ ਪ੍ਰਕਿਰਿਆ ਕਿੱਥੋਂ ਤੱਕ ਪਹੁੰਚ ਚੁੱਕੀ ਹੈ, ਕੀ ਕੁਛ ਚੱਲ ਰਿਹਾ, ਆਓ ਦੇਖਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਦੀ ਇਹ ਖਾਸ ਰਿਪੋਰਟ। ਮੈਂ ਤੁਹਾਡੇ ਸਾਹਮਣੇ ਕੋਵਿਡ ਦੀ ਅਪਡੇਟ ਦੇਣਾ ਚਾਹੁੰਦਾ ਔਰ ਮੈਨੂੰ ਪਤਾ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਏਗੀ। ਐਂਗਸ ਰੀਡ ਨੇ ਪੋਲ ਕੀਤਾ, ਜਿਹੜੀ ਬਹੁਤ ਵੱਡੀ ਕੰਪਨੀ ਹੈਗੀ ਹੈ ਜਿਹੜੀ ਸਰਵੇਖਣ ਕਰਦੀ ਆ, ਔਰ ਇਸ 'ਤੇ ਪਤਾ ਲੱਗਾ ਸੀ ਵੀ ਕੋਵਿਡ ਦੀ ਜਿਹੜੀ ਵੈਕਸੀਨ ਆ ਜਦੋਂ ਆਊਗੀ ਅਤੇ ਕਿੰਨੇ ਕੁ ਲੋਕ ਉਹਨੂੰ ਲਾਉਣਾ ਚਾਹੁੰਦੇ ਆ। ਇਸ ਵੇਲੇ ਕੈਨੇਡਾ ਦੇ ਵਿੱਚ ਸਿਰਫ 39% 39% ਲੋਕ ਕਹਿੰਦੇ ਆ ਵੀ ਜਿਸ ਦਿਨ ਵੈਕਸੀਨ ਆਊਗੀ ਅਸੀਂ ਲਾ ਲਵਾਂਗੇ। ਇਹ ਨੰਬਰ ਬਹੁਤ ਘੱਟ ਆ ਔਰ ਇਹ ਘੱਟਦਾ ਜਾ ਰਿਹਾ। ਜੁਲਾਈ 'ਚ ਜਦੋਂ ਸਰਵੇਖਣ ਕੀਤਾ ਸੀ ਉਦੋਂ 46% ਸੀ, ਅੱਜ ਇਹ ਡਿੱਗ ਕੇ 39% ਹੋ ਗਿਆ। 38% 38% ਲੋਕ ਕਹਿੰਦੇ ਵੀ ਅਸੀਂ ਥੋੜ੍ਹਾ ਟਾਈਮ ਵੇਟ ਕਰਾਂਗੇ, ਸਾਡਾ ਵਿਸ਼ਵਾਸ ਤਾਂ ਹੈਗਾ ਵੈਕਸੀਨ 'ਚ, ਲੇਕਿਨ ਅਸੀਂ ਇਮੀਜੀਏਟਲੀ ਨਹੀਂ ਲਾਉਣੀ, ਹੋ ਸਕਦਾ ਅਸੀਂ ਦੇਖੀਏ ਵੀ ਜਿਨ੍ਹਾਂ ਨੇ ਪਹਿਲਾਂ ਲਾਈ ਆ ਉਹਨਾਂ 'ਚ ਕੋਈ ਕੰਪਲੀਕੇਸ਼ਨ ਤਾਂ ਨਹੀਂ ਆਉਂਦਾ, ਫਿਰ ਅਸੀਂ ਲਾਵਾਂਗੇ। ਅਤੇ 16% ਜਿਹੜੇ ਲੋਕ ਆ ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਲਾਉਣੀ, ਜੋ ਮਰਜ਼ੀ ਤੁਸੀਂ ਸਾਨੂੰ ਡੇਟਾ ਦੇਈ ਜਾਓ, ਸਾਨੂੰ ਕਹੀ ਜਾਓ, ਉਹਨਾਂ ਨੇ ਮਨ ਬਣਾ ਲਿਆ। ਇਹਦੇ ਨਾਲ ਨਾਲ ਹੀ 84% ਲੋਕ ਮਾਸਕ ਪਾਉਣਾ ਗਿੱਝ ਗਏ ਆ, ਜਿਹੜਾ ਨੰਬਰ ਵੱਧਦਾ ਜਾ ਰਿਹਾ, ਚੰਗੀ ਗੱਲ ਆ। ਮੈਂ ਇਹ ਬੇਨਤੀ ਕਰੂੰਗਾ ਵੀ ਮਾਸਕ ਅਸੀਂ ਜਦੋਂ ਬਾਹਰ ਜਾਂਦੇ ਹਾਂ, ਖਾਸ ਕਰਕੇ ਸੰਘਣੀ ਗੈਦਰਿੰਗ 'ਚ ਹੁੰਦੇ ਹਾਂ ਜਾਂ ਇੱਕ ਕਲੋਜ਼ ਰੂਮ 'ਚ ਇੱਕ ਤੋਂ ਜ਼ਿਆਦਾ ਵਿਅਕਤੀ ਹੈ, ਤਾਂ ਅਸੀਂ ਜ਼ਰੂਰ ਮਾਸਕ ਪਾਈਏ। ਕਿਉਂਕਿ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਵੈਂਕੂਵਰ ਦੀ ਜਿਹੜੀ ਰੀਸਰਚ ਹੈ ਉਹ ਦੱਸਦੀ ਆ ਵੀ ਘੱਟ ਤੋਂ ਘੱਟ 25% ਅਤੇ ਵੱਧ ਤੋਂ ਵੱਧ 40% ਸਿਰਫ ਮਾਸਕ ਪਾਉਣ ਦੇ ਨਾਲ ਹੀ ਸਾਨੂੰ ਕੋਵਿਡ ਤੋਂ ਪ੍ਰੋਟੈਕਸ਼ਨ ਹੋ ਸਕਦਾ। ਸੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਵੀ ਫਿਜ਼ੀਕਲ ਡਿਸਟੈਂਸ ਰੱਖੀਏ 6 ਤੋਂ 8 ਫੁੱਟ ਦਾ, ਮਾਸਕ ਜ਼ਰੂਰ ਪਾਈਏ ਜਦੋਂ ਅਸੀਂ ਕਲੋਜ਼ ਰੂਮ 'ਚ ਹਾਂ ਜਾਂ ਸੰਘਣੀ ਗੈਦਰਿੰਗ 'ਚ ਹਾਂ, ਅਤੇ ਹੈਂਡ ਸੈਨੇਟਾਈਜੇਸ਼ਨ ਸਾਬਣ ਪਾਣੀ ਦੇ ਨਾਲ ਜਾਂ ਸੈਨੇਟਾਈਜ਼ਰ ਦੇ ਨਾਲ। ਹੁਣ ਜਿਹੜੇ ਇਲੈਕਸ਼ਨਸ BC 'ਚ ਆ ਰਹੇ ਆ, 24 ਤਰੀਕ ਨੂੰ ਵੋਟਾਂ ਪੈਣੀਆਂ, ਐਡਵਾਂਸ ਪੋਲਿੰਗ ਵੀ ਹੈਗੀ ਆ, ਉਹਦੇ 'ਚ ਬਰੋਸ਼ਰ 'ਚ ਲਿਖਿਆ ਵੀ ਮਾਸਕ ਮੈਂਡੇਟਰੀ ਨਹੀਂ ਹੈਗੇ, ਲੇਕਿਨ ਮੈਂ ਜ਼ਰੂਰ ਕਹੂੰਗਾ ਵੀ ਆਪਾਂ ਮਾਸਕ ਪਾ ਕੇ ਜਾਈਏ, ਕਿਉਂਕਿ ਉਸ ਪੋਲਿੰਗ ਬੂਥ 'ਚ ਸਾਡੇ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਗਏ ਹੋਣੇ ਆ, ਸਾਡੇ ਤੋਂ ਬਾਅਦ ਵੀ ਜਾਣਾ, ਔਰ ਮੁੱਢਲੇ ਦਿਨਾਂ 'ਚ ਕੋਵਿਡ ਦੇ ਲੱਛਣ ਬਹੁਤ ਘੱਟ ਹੁੰਦੇ ਜਾਂ ਬਿਲਕੁਲ ਨਹੀਂ ਹੁੰਦੇ। ਸੋ ਹੁਣ ਰੀਸਰਚ ਇਹ ਵੀ ਦੱਸ ਰਹੀ ਆ ਵੀ ਠੀਕ ਹੈ ਸਾਡਾ ਕੋਵਿਡ ਡਰੋਪਲੇਟ ਦੇ ਨਾਲ ਬਹੁਤਾ ਟਰਾਂਸਮਿਟ ਹੁੰਦਾ, ਜਿਹੜੇ ਥੁੱਕ ਦੇ ਪਾਰਟੀਕਲ ਹੁੰਦੇ ਆ, ਲੇਕਿਨ ਹੋ ਸਕਦਾ ਵੀ ਕੁਛ ਟਰਾਂਸਮਿਸ਼ਨ ਐਰੋਸੋਲ ਰੂਪ 'ਚ ਹੋਵੇ, ਵੀ ਜਿੱਦਾਂ ਮੈਂ ਹੁਣ ਇੱਕ ਰੂਮ 'ਚ ਖੰਘਾ ਤਾਂ ਵਾਇਰਸ ਪਾਰਟੀਕਲ ਕੁਛ ਘੰਟੇ ਹਵਾ 'ਚ ਫਲੋਟ ਹੋ ਰਹੇ ਹੋਣ। ਸੋ ਇਹਦੇ ਉੱਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ। ਡਾਕਟਰ ਥਰੀਸਾ ਟੈਮ ਦੇ ਉੱਤੇ ਵੀ ਅੱਜ ਪ੍ਰੈਸ਼ਰ ਬਣਿਆ ਸੀ, ਡਾਕਟਰ ਬੋਨੀ ਹੈਨਰੀ ਵੀ ਇਹਨੂੰ ਥੋੜ੍ਹਾ ਜਿਹਾ ਅਜੇ ਪੂਰੀ ਤਰ੍ਹਾਂ ਇਹਦੇ ਉੱਤੇ ਨਹੀਂ ਹਾਂ ਜਾਂ ਨਾ ਕਹਿ ਰਹੇ, ਲੇਕਿਨ ਆਪਾਂ ਆਪਣਾ ਜਿਹੜੀ ਹੈਲਥ ਹੈ ਆਪਣੇ ਹੱਥ 'ਚ ਰੱਖੀਏ। ਤੀਜੀ ਗੱਲ ਹੈਗੀ ਆ ਵੀ ਕੋਵਿਡ ਦੀ ਵੈਕਸੀਨ ਅਪਡੇਟ, 9 ਜਿਹੜੀਆਂ ਕੰਪਨੀਆਂ ਹੈ ਉਹ ਫੇਸ 3 ਟ੍ਰਾਇਲ ਦੇ ਅੱਧੇ ਦੌਰੇ ਤੋਂ ਗਾਂਹ ਚਲੀ ਜਾ ਚੁੱਕੀਆਂ। ਸੋ ਨਵੰਬਰ ਦੇ ਐਂਡ ਤੱਕ ਕਾਫੀ ਕੰਪਨੀਆਂ ਨੇ ਆਪਣਾ ਪ੍ਰੀਲਿਮਨਰੀ ਡੇਟਾ ਜਿਹੜਾ ਹੈਗਾ ਉਹ ਪਬਲਿਸ਼ ਕਰਨਾ ਸ਼ੁਰੂ ਕਰ ਦੇਣਾ। ਇਹ ਇੰਡੀਪੈਂਡੈਂਟ ਰਿਵਿਊ ਬੋਰਡ ਹੁੰਦਾ, ਉਹ ਰਿਵਿਊ ਕਰਦਾ, ਫਿਰ ਉਹ ਪਾਸ ਕਰਦਾ, ਫਿਰ ਵੱਖ ਵੱਖ ਕੰਟਰੀਆਂ ਦੇ ਆਪ ਦੇ ਹੈਲਥ ਅਥਾਰਿਟੀਜ਼ ਹੁੰਦੇ ਜਿਹੜੇ ਇਹਨੂੰ ਦੇਖਦੇ ਆ। ਕੈਨੇਡਾ ਨੇ 6 ਕੰਪਨੀਆਂ ਦੇ ਨਾਲ ਡਾਊਨ ਪੇਮੈਂਟ ਆਲਰੇਡੀ ਦੇ ਚੁੱਕੇ ਆ ਵੀ ਕੋਈ ਨਾ ਕੋਈ ਵੈਕਸੀਨ ਤੇ ਕਾਰਗਰ ਬਣੂਗੀ ਜਿਹੜੀ ਸਾਡੇ ਲਈ ਆਊਗੀ। ਅੱਛੀ ਵੈਕਸੀਨ ਉਹ ਹੁੰਦੀ ਆ ਜਿਹੜੀ ਘੱਟ ਤੋਂ ਘੱਟ 50% ਐਂਟੀਬੋਡੀਜ਼ ਬਣਾਏ, ਅਸੀਂ ਚਾਹੁੰਦੇ ਹਾਂ 50 ਦੀ ਜਗ੍ਹਾ 70% ਬਣਾਵੇ। ਉਹਨੂੰ ਸਟੋਰੇਜ ਵਾਸਤੇ ਬਹੁਤ ਜ਼ਿਆਦਾ ਸਾਧਨ ਦੀ ਲੋੜ ਨਾ ਹੋਵੇ ਵੀ ਬਰਫ਼ 'ਤੇ ਰੱਖਣਾ ਪਏ, -30-40 degrees 'ਚ ਰੱਖਣਾ ਪਏ, ਬੜੀ ਈਜ਼ੀ ਸਟੋਰੇਜ ਹੋਏ। ਹੋ ਸਕਦਾ ਵੀ ਇੱਕ ਡੋਜ਼ 'ਤੇ ਅਗਰ ਕੰਮ ਸਰਦਾ ਠੀਕ ਹੈ, ਨਹੀਂ ਤਾਂ ਕਈ ਵਾਰ 2 ਡੋਜ਼ ਦੇਣੇ ਪੈਂਦੇ ਆ ਅਤੇ ਉਹਦੇ ਇਮੀਜੀਏਟ ਔਰ ਲੇਟ ਕੰਪਲੀਕੇਸ਼ਨਸ ਘੱਟ ਹੋਣ। ਹੁਣ ਜਿਹੜੀ ਸੈਕਿੰਡ ਟ੍ਰਾਇਲ ਜਿਹੜੀ ਕੰਪਨੀ ਆ ਜੌਨਸਨ ਐਂਡ ਜੌਨਸਨ ਦੀ, ਉਹਨਾਂ ਦੀ ਵੀ ਫੇਸ 3 ਟ੍ਰਾਇਲ ਦੇ ਉੱਤੇ ਇਸ ਵੇਲੇ ਇੱਕ ਪੌਜ਼ ਲੱਗਾ, ਕਿਉਂਕਿ ਇੱਕ ਵਿਅਕਤੀ ਉਹਨਾਂ ਦਾ ਵਾਲੰਟੀਅਰ, ਉਹਨੂੰ ਵੀ ਹਸਪਿਟਲ ਦਾਖਲ ਕਰਨਾ ਪਿਆ, ਅਜੇ ਉਹ ਡਿਸਕਲੋਜ਼ ਨਹੀਂ ਕਰ ਰਹੇ ਵੀ ਕੰਪਲੀਕੇਸ਼ਨ ਕੀ ਆ। ਤੁਹਾਨੂੰ ਪਤਾ ਸਾਹਿਬ ਪਿਛਲੇ ਮਹੀਨੇ ਆਕਸਫੋਰਡ ਦੀ ਜਿਹੜੀ ਵੈਕਸੀਨ ਆ, ਲੰਡਨ ਦੇ ਵਿੱਚ ਇੱਕ ਵਿਅਕਤੀ ਨੂੰ ਟ੍ਰਾਂਸਵਰਸ ਮਾਇਲਾਈਟਿਸ ਹੋਇਆ ਸੀ ਵੀ ਉਹਦੇ ਸਪਾਈਨਲ ਕਾਰਡ ਦੀ ਜਿਹੜੀ ਲਾਈਨਿੰਗ ਆ ਉਹਦੇ ਉੱਤੇ ਥੋੜ੍ਹੀ ਪ੍ਰੋਬਲਮ ਆਈ ਸੀ, ਕੁਛ ਦਿਨ ਹੋਸਪਿਟਲ ਰਹਿ ਕੇ ਉਹ ਡਿਸਚਾਰਜ ਹੋ ਗਿਆ ਸੀ ਵਿਅਕਤੀ। ਸੈਕਿੰਡ ਵਿਅਕਤੀ ਅਮੈਰੀਕਾ ਦੇ ਵਿੱਚ ਵੀ ਆਕਸਫੋਰਡ ਦੇ ਵਿੱਚ, ਉਹਨਾਂ ਦੇ ਵਿੱਚ ਕੋਈ ਕੰਪਲੀਕੇਸ਼ਨ ਆਈ ਆ। ਸੋ ਆਕਸਫੋਰਡ ਦੀ ਜਿਹੜੀ ਟ੍ਰਾਇਲ ਆ, ਅਗਰ ਇੱਕ ਹੋਰ ਕੰਪਲੀਕੇਸ਼ਨ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ
ਬੰਦ ਕਰਨੀ ਪਊਗੀ। ਸੋ ਇਸ ਲਈ ਮੇ ਬੀ ਜਿਹੜਾ ਸਰਵੇਖਣ ਐਂਗਸ ਰੀਡ ਤੋਂ ਵੀ ਆਇਆ ਉਹਦੇ ਵਿੱਚ, ਕਿਉਂਕਿ ਵੱਖ ਵੱਖ ਕੰਪਨੀਆਂ ਆਪਣਾ ਡਿਸਕਲੋਜ਼ ਕਰ ਰਹੀਆਂ ਸਾਈਡ ਇਫੈਕਟ ਦਾ, ਸ਼ਾਇਦ ਇੱਕ ਇਹ ਵੀ ਕਾਰਨ ਹੋਵੇ ਵੀ ਲੋਕਾਂ ਦਾ ਅਜੇ ਪੂਰੀ ਤਰ੍ਹਾਂ 100% ਮਨ ਨਹੀਂ ਬਣਿਆ। ਜਦ ਇਹ ਕੋਵਿਡ ਦਾ ਮਹਾਮਾਰੀ ਸਟਾਰਟ ਹੋਈ ਸੀ ਮਾਰਚ ਦੇ ਵਿੱਚ, ਉਸ ਦਿਨ ਜਦੋਂ ਸਰਵੇਖਣ ਕੀਤਾ ਸੀ ਉਦੋਂ ਅਸੀਂ 70% ਕੈਨੇਡੀਅਨ ਕਹਿੰਦੇ ਸੀ ਅਸੀਂ ਲਾਵਾਂਗੇ, ਜੁਲਾਈ 'ਤੇ 47%, ਅੱਜ ਹੁਣ 39% ਹੋ ਗਿਆ। ਲੇਕਿਨ ਮੈਂ ਇਹੀ ਚਾਹੂੰਗਾ ਵੀ ਜਿਹੜੀ ਹੈਲਥ ਕੈਨੇਡਾ ਆ ਉਹ ਹਮੇਸ਼ਾ ਵੈਕਸੀਨ ਦੀ ਪੂਰੀ ਸਟੱਡੀ ਕਰਕੇ ਉਹਦੇ ਸਾਈਡ ਇਫੈਕਟ ਕੀ ਆ, ਕਿੰਨਾ ਕੁ ਕਾਰਗਰ ਹੁੰਦੀ ਆ, ਕਿੰਨਾ ਪ੍ਰੋਟੈਕਸ਼ਨ ਦਿੰਦੀ ਆ, ਉਹ ਸਾਰੀਆਂ ਚੀਜ਼ਾਂ ਰੱਖ ਕੇ ਹੀ ਕੈਨੇਡਾ ਦੇ ਵਿੱਚ ਪਬਲਿਸ਼ਡ ਹੋਊਗੀ ਜਾਂ ਲਾਇਸੈਂਸਡ ਹੋਊਗੀ, ਔਰ ਮੇਰੇ ਖਿਆਲ ਨਾਲ ਸਾਰਿਆਂ ਨੂੰ ਔਫਰ ਕੀਤੀ ਜਾਊਗੀ ਫ੍ਰੀ ਆਫ ਚਾਰਜ। ਕੋਵਿਡ ਨੂੰ ਥੱਲੇ ਕਰਨ ਵਾਸਤੇ ਘੱਟ ਤੋਂ ਘੱਟ ਸਾਨੂੰ 80% ਲੋਕਾਂ ਨੂੰ ਨੈਚੁਰਲ ਇਨਫੈਕਸ਼ਨ ਜਾਂ ਵੈਕਸੀਨ ਦੇ ਨਾਲ ਐਂਟੀਬੋਡੀਜ਼ ਪ੍ਰੋਵਾਈਡ ਕਰਨੀ ਪੈਣੀ, ਨਹੀਂ ਤਾਂ ਮਹਾਂਮਾਰੀ ਜਾਣੀ ਨਹੀਂ ਆ। ਔਰ ਇਹਨੂੰ ਕਹਿੰਦੇ ਆਪਾਂ ਕਮਿਊਨਿਟੀ ਇਮਿਊਨਿਟੀ ਜਾਂ ਪੁਰਾਣਾ ਲਫ਼ ਸੀ ਹਰਡ ਇਮਿਊਨਿਟੀ, HERD ਇਮਿਊਨਿਟੀ। ਸੋ ਨੈਚੁਰਲੀ ਤਾਂ ਆਪਾਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਹੋਸਪਿਟਲ ਦਾਖਲਾ ਡੈਥਸ ਹੈਗੀਆਂ, ਇਸ ਲਈ ਵੈਕਸੀਨ ਸਾਡੇ ਲਈ ਇੱਕ ਆਪਸ਼ਨ ਆ। ਜਿਹੜੀ ਮੋਡਰਨਾ ਦੀ ਹੈਗੀ ਆ ਉਹ ਜਿਹੜਾ ਵਾਇਰਸ ਦੇ ਪਾਰਟੀਕਲ ਆ ਮੈਸੇਂਜਰ RNA 1274 ਉਹਨੂੰ ਲੈ ਕੇ ਬਣਾ ਰਹੇ, ਸੋ ਫਾਰ ਉਹ ਕੰਪਨੀ ਸਾਰਿਆਂ ਤੋਂ ਅੱਗੇ ਆ ਅਤੇ ਕੋਈ ਕੰਪਲੀਕੇਸ਼ਨ ਨਹੀਂ ਆਈ, ਲੇਕਿਨ ਅਜੇ ਵੀ ਉਹਨਾਂ ਦਾ ਡੇਟਾ ਨਵੰਬਰ ਦੇ ਐਂਡ ਤੱਕ ਹੀ ਆਊਗਾ। ਸੋ ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈਣਾ, ਉਸ ਟਾਈਮ ਤੱਕ ਇਹਦੇ ਲਈ ਕੋਈ ਦਵਾਈ ਨਹੀਂ ਜੋ, ਸਾਨੂੰ ਸੱਭਿਅ ਰਹਿਣਾ ਪੈਣਾ, ਘਰੋਂ ਘੱਟ ਜਾਇਆ ਕਰੋ, ਹੱਥ ਧੋਇਆ ਕਰੋ, ਅੱਛਾ ਖਾਣਾ ਖਾਇਆ ਕਰੋ, ਨੀਂਦ ਅੱਛੀ ਰੱਖੋ, ਤੁਹਾਡਾ ਇਮਿਊਨ ਸਿਸਟਮ ਬੁਲੰਦ ਰਹੇ, ਸ਼ਰਾਬ ਪੀਂਦੇ ਤੋਂ ਬੰਦ ਕਰੋ, ਡਰੱਗਸ ਬੰਦ ਕਰੋ, ਐਕਸਰਸਾਈਜ਼ ਰੋਜ਼ ਕਰਿਆ ਕਰੋ, ਪਰਮਾਤਮਾ ਦਾ ਨਾਮ ਜਪਿਆ ਕਰੋ, ਔਰ ਵੈਕਸੀਨ ਜ਼ਰੂਰ ਆਊਗੀ, ਜਦੋਂ ਖਬਰ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤਦ ਤੱਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।